ਕੁਝ ਚੰਗੀਆਂ ਗੱਲਾਂ ਕੁਝ ਸੱਚੀਆਂ ਗੱਲਾਂ ਜੋ ਜ਼ਮਾਨੇ ਦੇ ਵਿੱਚ ਵਾਪਰ ਰਿਹਾ ਜੋ ਹੋ ਰਿਹਾ ਹੈ ਜੇ ਚੰਗੀਆਂ ਲੱਗੀਆਂ ਤਾੜੀ ਜ਼ਰੂਰ ਮਾਰਿਓ ਆਪਣੀ ਕਲਮ ਨਾਲ ਲਿਖੀਆਂ ਹੋਈਆਂ ਕੀ ਕਹਿੰਦਾ ਉਹ ਵੇਖ ਮੇਰੇ ਦਾਤੇ ਹੁੰਦਾ ਪਿਆ ਜੱਗ ਤੇ ਕਈ ਦੇਸ਼ ਦੇ ਸਮਾਜ ਸੇਵੀ ਰਲੇ ਚੋਰ ਠੱਗ ਨੇ ਉਹ ਵੇਖ ਮੇਰੇ ਦਾਤਿਆ ਕੀ ਹੁੰਦਾ ਪਿਆ ਜੱਗ ਤੇ ਕਈ ਦੇਸ਼ ਦੇ ਸਮਾਜ ਸੇਵੀ ਰਲੇ ਚੋਰ ਠੱਗ ਨੇ ਉਹ ਵਿੱਚੋਂ ਭਰੇ ਪੈਣੇ ਸਾਰੇ ਬੇਈਮਾਨੀ ਨਾ ਭਰੇ ਪੈਣੇ ਸਾਰੇ ਬੇਈਮਾਨੀ ਨਾ ਤੇ ਉੱਤੋਂ ਵਫ਼ਾਦਾਰ ਮਾਲਕਾ ਆ ਗੁਰੂ ਘਰਾਂ ਚੋਂ ਗ੍ਰੰਥ ਸਾਹਿਬ ਚੋਰੀ ਹੋਈ ਜਾਣੇ ਨਾ ਬੜੀਆਂ ਚ ਰੱਖੇ ਚੌਂਕੀਦਾਰ ਮਾਲਕਾ ਆ ਗੁਰੂ ਘਰਾਂ ਚੋਂ ਗ੍ਰੰਥ ਸਾਹਿਬ ਚੋਰੀ ਹੋਈ ਜਾਣੇ ਨਾ ਬੜੀਆਂ ਚ ਰੱਖੇ ਚੌਂਕੀਦਾਰ ਮਾਲਕਾ ਕਿ ਵੇਖ ਇਸ ਦੁਨੀਆਂ ਦੇ ਪੁੱਠੇ ਹੀ ਰਿਵਾਜ ਨੇ ਪੁੰਨ ਦੀ ਥਾਂ ਵੱਜੀ ਜਾਂਦੇ ਪਾਪਾਂ ਵਾਲੇ ਸਾਜ ਨੇ ਕਿ ਵੇਖ ਇਸ ਦੁਨੀਆਂ ਦੇ ਪੁੱਠੇ ਹੀ ਰਿਵਾਜ ਨੇ ਪੁੰਨ ਦੀ ਥਾਂ ਵੱਜੀ ਜਾਂਦੇ ਪਾਪਾਂ ਵਾਲੇ ਸਾਜ ਨੇ ਉਹ ਸੁੱਖ ਕਿਤਿਓਂ ਨਜ਼ਰ ਮੈਨੂੰ ਆਉਂਦਾ ਨੀ ਸੁੱਖ ਕਿਤਿਓਂ ਨਜ਼ਰ ਮੈਨੂੰ ਆਉਂਦਾ ਨੀ ਤੇ ਦਿਸਣ ਤਬਾਹੀਆਂ ਮਾਲਕਾ ਆ ਬਾਪੂ ਲਾਜ ਖਣੋ ਮੰਜੇ ਉੱਤੇ ਪੈ ਗਿਆ ਪੁੱਤ ਦੇਣ ਪੈਟ ਬੁੱਲ ਨੂੰ ਦਵਾਈਆਂ ਮਾਲਕਾ ਆ ਬਾਪੂ ਲਾਜ ਖਣੋ ਮੰਜੇ ਉੱਤੇ ਰਹਿ ਗਿਆ ਪੁੱਤ ਦੇਣ ਪੈਟ ਬੁੱਲ ਨੂੰ ਦਵਾਈਆਂ ਮਾਲਕਾ ਕਿ ਮਾਣੂ ਤੱਕੇ ਮਾਰ ਤੁਸੀਂ ਕਿਹੜਾ ਰੱਬ ਲੱਭਦੇ ਪੈਂਦੀ ਨੀ ਧਮਾਕੇ ਗੱਲ ਕਿਉਂ ਭੈੜੇ ਜਗਦੇ ਕਿ ਮਾਣੂ ਤੱਕੇ ਮਾਰ ਤੁਸੀਂ ਕਿਹੜਾ ਰੱਬ ਲੱਭਦੇ ਪੈਂਦੀ ਨੀ ਧਮਾਕੇ ਗੱਲ ਕਿਉਂ ਭੈੜੇ ਜਗਦੇ ਉਹ ਮੈਂ ਤੇ ਸ਼ੀਸ਼ਾ ਸਾਹਿਬ ਢਾਡੇ ਕਰਤਾ ਮੈਂ ਤੇ ਸ਼ੀਸ਼ਾ ਸਾਹਿਬ ਢਾਡੇ ਅੱਗੇ ਕਰਤਾ ਕਵੇ ਦੇ ਵਿੱਚ ਚੀਤਾ ਮਾਲਕਾ ਉਹ ਰੱਬ ਤੂੜੀ ਵਾਲੇ ਕਮਰੇ ਚ ਸੁੱਟ ਕੇ ਤੇ ਮੱਥੇ ਟੇਕ ਦੇ ਮੰਦਰ ਹੀ ਮਸੀਤਾ ਮਾਲਕਾ ਉਹ ਰੱਬ ਤੂੜੀ ਵਾਲੇ ਕਮਰੇ ਚ ਸੁੱਟ ਕੇ ਤੇ ਮੱਥੇ ਟੇਕ ਦੇ ਮੰਦਰ ਹੀ ਮਸੀਤਾ ਮਾਲਕਾ ਕਿ ਕਲਯੁੱਗ ਦੁਨੀਆਂ ਨੂੰ ਘੇਰਾ ਪਾਈ ਜਾਂਦਾ ਏ ਤੇ ਵਾਹਿਗੁਰੂ ਛਡਾ ਕੇ ਪੁੱਠੇ ਕੰਮ ਲਾਈ ਜਾਂਦਾ ਏ ਉਹ ਕਲਯੁੱਗ ਦੁਨੀਆਂ ਨੂੰ ਘੇਰਾ ਪਾਈ ਜਾਂਦਾ ਏ ਵੀ ਰੱਬ ਨੂੰ ਛਡਾ ਕੇ ਪੁੱਠੇ ਕੰਮ ਲਾਈ ਜਾਂਦਾ ਏ ਉਹ ਲੋੜਵੰਦਾਂ ਨੂੰ ਕੈਟਾ ਮੈਦਾਨ ਕਰਦਾ ਲੋੜਵੰਦਾਂ ਨੂੰ ਕੈਟਾ ਮੈਦਾਨ ਕਰਦਾ ਉਹ ਵਾਧੂ ਪੱਪਾਂ ਦੇ ਕਲੱਬਾਂ ਵਿੱਚ ਡਾਉਣ ਮਾਲਕਾ ਉਹ ਗੁਰੂ ਘਰ ਦੇ ਗ੍ਰੰਥੀ ਨੂੰ ਨੀ ਦਿੰਦਾ ਕੋਈ ਗਰਾਈ ਤੇ ਪਖੰਡੀਆਂ ਦੇ ਗੱਲੇ ਵਿੱਚ ਪਾਉਂਦਾ ਉਹ ਗੁਰੂ ਘਰ ਦੇ ਗ੍ਰੰਥੀ ਨੂੰ ਨੀ ਦਿੰਦਾ ਕੋਈ ਗਰਾਈ ਤੇ ਪਖੰਡੀਆਂ ਦੇ ਗੱਲੇ ਵਿੱਚ ਪਾਉਣ ਮਾਲਕਾ ਕੇ ਬੜੇ ਯਾਰ ਪਾਲ ਤੈਨੂੰ ਮਾੜਾ ਚੰਗਾ ਬੋਲਣਾ ਤੂੰ ਪਿੰਡ ਭਗਵਾਨ ਪੁਰੇ ਭੋਰਾ ਵੀ ਨੀ ਡੋਲਣਾ ਕੇ ਬੜੇ ਯਾਰ ਪਾਲ ਤੈਨੂੰ ਮਾੜਾ ਚੰਗਾ ਬੋਲਣਾ ਤੂੰ ਪਿੰਡ ਭਗਵਾਨ ਪੁਰੇ ਭੋਰਾ ਵੀ ਨੀ ਡੋਲਣਾ ਉਹ ਮੈਂ ਤੇ ਤੇਰੇ ਕੋਲੋਂ ਸਦਾ ਦਾਤਾ ਮੰਗਣਾ ਨਾ ਤੇਰੇ ਘਰੇ ਨੇਰ ਮਾਲਕਾ ਜੇ ਬੋਲ ਚੰਗੇ ਹੋਏ ਤਰੱਕੀ ਦੇ ਦੀਆਂ ਬਣਾ ਦਿਆ ਤੂੰ ਭਾਵੇਂ ਦੇ ਦੇਵੀ ਸਾਨੂੰ ਥੋੜੀ ਡੇਰ ਮਾਲਕਾ ਬੋਲ ਚੰਗੇ ਹੋਏ ਤਰੱਕੀ ਦੇ ਦੀਆਂ ਬਣਾ ਦਿਆ ਤੂੰ ਭਾਵੇਂ ਦੇ ਦੇਵੀ ਸਾਨੂੰ ਥੋੜੀ ਡੇਰ ਮਾਲਕਾ ਜੇ ਬੋਲ ਚੰਗੇ ਲੱਗੇ ਤਾੜੀ ਇੱਕ ਖਿੱਚ ਕੇ ਮਾਰ ਦਿਓ ਤਾੜੀਆਂ ਮਾਰ ਦਿਓ ਮੋਢੇ ਦੇ ਮਾਤਰੇ ਬੜੇ ਵਧੀਆ ਬੋਲ ਬੋਲੇ ਆ ਮਹਾਂਪੁਰਸ਼ਾਂ ਦੀ ਧਰਤੀ ਹੈ ਮੁੱਖ ਸੇਵਾਦਾਰ ਬਾਬਾ ਬਾਜ ਸਿੰਘ ਜੀ ਪਹੁੰਚ ਗਿਆ ਧੰਨਵਾਦ ਹੈ ਲੈ ਵੀ ਨਿਸ਼ਾਨ ਬੇਨਤੀ ਹੈ ਟੀਮਾਂ ਨੂੰ ਫੋਨ ਕਰਦੇ